ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਅੱਜ ਆਪਾਂ ਹੁਣ ਸਟਾਰਟ ਕਰਾਂਗੇ ਐਕਸਰਸਾਈਜ਼ 1.6। ਠੀਕ ਹੈ ਜੀ, ਇਹਨੂੰ ਦੇਖਦੇ ਹਾਂ। ਆ ਪਹਿਲਾਂ ਆਪਾਂ ਐਗਜ਼ਾਮਪਲਾਂ ਦੇਖ ਲਏ ਸੀ, ਮਾੜੀਆਂ ਮਾੜੀਆਂ ਤੁਹਾਨੂੰ ਸਵਾਲ ਪਿਛਲੀ ਵੀਡੀਓ ਲੈਕਚਰ ਸਮਝਾਤੇ ਆ। ਕਹਿੰਦਾ ਪਤਾ ਕਰੋ ਇਹ ਸਾਰਿਆਂ ਦੀ ਵੈਲਿਊ ਆ, ਪਤਾ ਕਰੋ, ਪਤਾ ਕਰੋ, ਸਰਲ ਕਰੋ, ਬਸ ਇਹੀ ਚੀਜ਼ ਆ, ਹੋਰ ਕੁਛ ਵੀ ਨਹੀਂ ਹੈਗਾ। ਦੇਖਦੇ ਕਿੱਦਾਂ ਕਰਨਾ ਹੈ। ਸਾਡੇ ਕੋਲ ਐਕਸਰਸਾਈਜ਼ ਕਿੰਨੀ ਵੀ ਹੈ, 1.6 ਚੈਪਟਰ ਫਸਟ, ਸਾਡੇ ਕੋਲ ਕੀ ਹੈ, 9th ਕਲਾਸ ਹੈ ਜੀ। ਠੀਕ ਹੈ ਜੀ, 9th ਕਲਾਸ ਦਾ ਆਪਾਂ ਦੇਖਣਾ ਹੈ। ਸਿੰਪਲ ਜਿਹੇ ਸਵਾਲ ਨੇ, ਕੋਈ ਜ਼ਿਆਦਾ ਇਹਦੇ ਵਿੱਚ ਉਹ ਨਹੀਂ ਹੈਗਾ ਕਰਨ ਵਾਲਾ। ਪਹਿਲਾ ਸਵਾਲ ਸਾਡੇ ਕੋਲ ਕੀ ਆ ਕਿ 1/60⁴, ਪਹਿਲਾ ਸਮ ਕੀ ਆ, 64⁴⁰। ਕਲੀਅਰ ਹੈ, ਇਹਨੂੰ ਕਿੱਦਾਂ ਕਰ ਸਕਦੇ? ਦੇਖੋ ਦੋ ਤਰੀਕੇ ਨੇ। ਜਾਂ ਤਾਂ ਤੁਹਾਨੂੰ ਕਲਾਸ ਦੇ ਵਿੱਚ ਕਹਿ ਦੇਣਗੇ ਅਭਾਜ ਗੁਣਨ ਖੰਡਾ ਤਰੀਕੇ ਨਾਲ ਕਰ ਲਓ, ਇੱਦਾਂ ਮਤਲਬ ਦੋ 'ਤੇ ਕਰਕੇ 2, ਮਤਲਬ 64 ਨੂੰ ਇੱਦਾਂ ਕਰੋ 2 'ਤੇ, ਪਹਿਲਾਂ 32 'ਤੇ, ਫਿਰ 2 'ਤੇ 16 'ਤੇ, 2 'ਤੇ 8 'ਤੇ, ਹੈ ਨਾ, 2 'ਤੇ 4, 2 2 2 1, 1 2 3 4 5 6, ਮਤਲਬ ਇੱਕ ਦੋ ਤਿੰਨ ਚਾਰ ਪੰਜ ਛੇ। ਠੀਕ ਹੈ ਜੀ, ਇੱਦਾਂ ਆ ਗਿਆ ਤੁਹਾਡੇ ਕੋਲ 2 ਦੂਣੀ 4, 4 ਦੂਣੀ 8, 8 ਦੂਣੀ 16, 16 ਦੂਣੀ 32, 32 ਦੂਣੀ 64। ਠੀਕ ਹੈ, ਇਹ ਤੁਹਾਡੇ ਕੋਲ 64 ਹੈ, ਤਾਂ ਇਹ ਕੀ ਬਣ ਗਿਆ, 2⁶ ਅਤੇ 1/2। ਕਲੀਅਰ ਜੀ, ਹੁਣ ਦੇਖੋ ਕਿ ਇਹਦੇ ਨਾਲ ਕੋਈ ਸਲਿਊਸ਼ਨ ਹੋ ਰਿਹਾ, ਕੋਈ ਸਲਿਊਸ਼ਨ ਨਹੀਂ ਹੋ ਰਿਹਾ। ਕੀ ਕਰ ਸਕਦੇ, ਕਟਿੰਗ ਕੁਟਿੰਗ ਨਹੀਂ ਕਰ ਸਕਦੇ। ਦੂਜਾ ਸਲਿਊਸ਼ਨ ਇਹਦੇ ਕੋਲ ਕੀ ਆ, ਇਹ ਭਾਜ ਗੁਣਨ ਖੰਡ ਕਰਕੇ ਦੇਖਿਆ ਸੀ, ਪਰ ਇਹ ਕਿੱਦਾਂ ਹੋ ਸਕਦਾ? ਹੁਣ 64 ਨੂੰ ਇੱਦਾਂ ਬ੍ਰੇਕ ਕਰਕੇ ਦੇਖੋ, ਇਹ 8 × 8 64 ਹੁੰਦਾ ਹੈ। ਠੀਕ ਹੈ, 64 ਹੁੰਦਾ, ਠੀਕ ਹੈ, ਮਤਲਬ ਇਹ 8⁴ ਬਣਦਾ ਬਣਦਾ। ਮੈਨੂੰ ਇੱਦਾਂ ਲਿਖ ਸਕਦਾ 8² / 1/2। ਠੀਕ ਹੈ, ਇੱਦਾਂ ਵੀ ਕਰ ਸਕਦਾ ਸੀਗਾ ਮੈਨੂੰ, ਜਾਂ ਮੈਂ ਇੱਦਾਂ ਬਣਾ ਸਕਦਾ ਸੀਗਾ, ਇੱਕ ਪੇਅਰ 'ਚ ਬਣਾ ਕੇ 2 2 4 5 6, ਇਹਨੂੰ ਮੈਂ ਇੱਦਾਂ ਵੀ ਕਰ ਸਕਦਾ ਸੀਗਾ, 2² × 2² × 2² ਕਰਕੇ ਕੋਈ ਬਣਾ ਕੇ ਦੇਖਦਾ, ਜਾਂ 3 ਜੋੜੇ ਬਣਾ ਕੇ ਦੇਖਦਾ, 2³, ਹੈ ਨਾ, ਮਤਲਬ 2 × 2 × 2 ਬੇਸ ਸੇਮ ਸੀਗੇ, ਕੁਛ ਕਰਕੇ ਦੇਖਦਾ, 2 × 2 = 4 × 8, 8² ਹੈ ਨਾ, ਇਸ ਤਰੀਕੇ ਨਾਲ ਕਰਕੇ ਦੇਖਦਾ। ਪਰ ਆਹ ਚੀਜ਼ ਵੀ ਬਣ ਗਈ ਹੈ, ਇਹਨਾਂ ਦੇ ਮੈਂ ਇੱਦਾਂ ਆਹ ਜੋੜੇ ਬਣਾ ਕੇ ਵੀ ਦੇਖ ਸਕਦਾ ਸੀਗਾ। ਹੁਣ ਮੇਰੇ ਕੋਲ ਕਿੰਨਾ ਗਿਆ, 8² ਆ ਗਿਆ, ਇਹਦੀ ਪਾਵਰ ਕਿੰਨੀ ਆ, 1/2, ਇਹਨੂੰ ਪਾਵਰ ਨੂੰ ਕੈਂਸਲ ਕਰ ਦਿਓ, ਇਹ ਮੇਰੇ ਕੋਲ ਕਿੰਨਾ ਗਿਆ, 8 ਆਨਸਰ ਆਜੂਗਾ ਸਿੰਪਲ। ਠੀਕ ਹੈ ਜੀ, ਅਤੇ ਜਿਹਨਾਂ ਨੂੰ ਭਾਜ ਗੁਣਨ ਖੰਡ ਕਰਕੇ ਕਰਨਾ ਸੀ, ਇੱਦਾਂ 2 3 4 5 6, ਹੈ ਨਾ, ਇੱਕ ਜੋੜਾ ਇਹਦਾ ਲੈਣਾ ਸੀ, ਇੱਕ ਜੋੜਾ ਇਹ ਲੈਣਾ ਸੀਗਾ, ਇੱਕ ਜੋੜਾ ਇਹ ਲੈਣਾ ਸੀਗਾ, ਮਤਲਬ 2 ਦੂਣੀ 4, 4 ਦੂਣੀ 8, 8 ਦੂਣੀ 16, 16 ਦੂਣੀ 32, 32 ਨਾਲ 64 ਸੀਗਾ। ਆ ਦੋ ਦੇ ਵਿੱਚੋਂ 2⁴ ਬਣਾਉਣਾ ਸੀਗਾ, ਇਹਦੇ ਵੀ 2⁴ ਬਣਾਉਣਾ ਸੀਗਾ, ਇਹਦੇ ਵੀ 2⁴ ਬਣਾਉਣਾ ਸੀਗਾ। ਬਹੁਤ ਲੰਬਾ ਪ੍ਰੋਸੈਸ ਹੈ, ਤੁਹਾਨੂੰ ਸ਼ਾਰਟਕੱਟ 'ਚੋਂ ਜ਼ਿਆਦਾ ਸਮਝ ਆਜੂਗਾ। ਇਹਦੇ ਪਹਿਲਾਂ ਇਹਨਾਂ ਨੂੰ ਸੋਲਵ ਕਰੋ, ਬੇਸਿਸ ਆਰ ਸੇਮ, ਪਾਵਰ ਗੈਟ ਐਡਿਡ, ਹੈ ਨਾ, ਬੇਸਿਸ ਆਰ ਸੇਮ, ਇੱਥੇ ਕੀ ਰੱਖ ਸਕਦੇ ਸੀ ਮੈਂ, ਜਾਂ ਹੁਣ ਕਿਹਨੇ ਬੇਸਿਸ ਵੀ ਸੇਮ ਨੇ ਅਤੇ ਪਾਵਰ ਵੀ ਸੇਮ ਨੇ, ਮੈਂ ਕੀ ਕਰਾਂ, ਹੁਣ ਬੇਸ ਨੂੰ ਮਲਟੀਪਲਾਈ ਕਰਾਂ, 2 ਦੂਣੀ 4, 4 ਦੂਣੀ 8, 8 ਮਲਟੀਪਲਾਈ ਕਰਕੇ, ਠੀਕ ਹੈ, ਇਹਨੂੰ ਮੈਂ ਕਿੱਦਾਂ ਕਰਤਾ, 2 ਕਰਤਾ, ਸਾਰੀ ਪਾਵਰ ਸੇਮ ਕਰਤੀ ਹੈ, ਠੀਕ ਹੈ, ਬੇਸ ਨੂੰ ਮਲਟੀਪਲਾਈ ਕਰ ਲਿਆ ਮੈਂ। ਠੀਕ ਹੈ, ਹੁਣ ਬੇਸਿਸ ਵੀ ਸੇਮ ਨੇ, ਪਾਵਰ ਵੀ ਸੇਮ ਨੇ, ਤਾਂ ਕੀ ਕਰੀਏ, ਠੀਕ ਹੈ, ਤਾਂ ਬੇਸਿਸ ਨੂੰ ਗੁਣਾ ਕਰਕੇ ਮੈਦਾ ਬਣਾ ਲਿਆ, ਤਾਂ ਵੀ 8² ਬਣ ਸਕਦਾ ਸੀਗਾ, ਇਹ ਤੋਂ ਬਾਅਦ 1/2 ਸੀਗਾ, ਕੱਟ ਕੇ ਤੁਸੀਂ ਸੋਲਵ ਕਰ ਸਕਦੇ ਸੀਗੇ। ਜਾਂ ਸਿੱਧਾ ਹੀ ਜੇ 8 × 8 ਦਾ ਤੁਹਾਨੂੰ ਪਤਾ ਹੈ 64 ਹੁੰਦਾ ਹੈ, 8² ਬਣਾ ਕੇ ਸੋਲਵ ਕਰ ਸਕਦੇ ਸੀਗੇ। ਠੀਕ ਹੈ, ਦੂਸਰਾ ਸਵਾਲ ਹੈ 1/32⁵, ਠੀਕ ਹੈ, ਹੁਣ 32 ਹੈ, ਇਹ ਤੁਹਾਨੂੰ ਕੀ ਕਰ ਲਓ, ਫਿਰ ਇਹਦੇ 32 'ਤੇ ਕੀ ਕਰਕੇ ਦੇਖੋ, ਭਾਜ ਗੁਣਨ ਖੰਡ ਬਣਾ ਕੇ ਦੇਖੋ, 2 ਕਿੰਨੇ 'ਤੇ ਗਿਆ, 16 'ਤੇ, 2 ਕਿੰਨੇ 'ਤੇ ਗਿਆ, 8 'ਤੇ, ਫਿਰ ਕਿੰਨੇ 'ਤੇ ਗਿਆ, 4 'ਤੇ, ਫਿਰ ਕਿੰਨੇ ਗਿਆ, 2 'ਤੇ, 2 2 'ਤੇ 1, ਮਤਲਬ 1 2 3 4 5, ਮਤਲਬ 2 × 2 × 2 × 2 × 2, ਇਹ ਮੇਰੇ ਕੋਲ 32 ਕਿਹਦੇ ਕੋਲ ਹੁੰਦਾ, ਇਹ 32 'ਤੇ ਕੀ ਬਣ ਗਿਆ ਫੈਕਟਰ। ਠੀਕ ਹੈ, ਤਾਂ 32 ਨੂੰ ਮੈਂ ਲਿਖ ਸਕਦਾ, ਮਤਲਬ 2⁵, ਤਾਂ ਇਹਦਾ ਮਤਲਬ ਕੀ ਆ ਗਿਆ, 2⁵ ਦੀ ਪਾਵਰ 1/5, ਇਹਨੂੰ ਪਾਵਰ ਕੈਂਸਲ, 5 ਕੈਂਸਲ, ਕਿਉਂ, ਕਿਉਂਕਿ ਜੇ 2 ਦੀ ਪਾਵਰ ਨੂੰ 5 × 1/5 ਕਰੂੰਗਾ, ਤਾਂ 2 ਇਹ 2 ਦੀ ਪਾਵਰ 5/5 ਬਣ ਜਾਣਗੇ, ਕੈਂਸਲ ਕਰਕੇ ਮੇਰੇ ਕੋਲ 2⁵ ਆ ਜਾਏਗਾ। ਐਨੀਥਿੰਗ ਰੇਸ ਟੂ ਪਾਵਰ 1 ਕੀ ਵੈਲਿਊ ਹੁੰਦੀ ਆ, ਉਹੀ ਵੈਲਿਊ ਹੁੰਦੀ ਹੁੰਦੀ ਆ, ਤਾਂ ਮੇਰੇ ਕੋਲ ਕੀ ਆ ਗਿਆ, 2 ਆਨਸਰ ਆ ਗਿਆ। ਕਲੀਅਰ ਚੀਜ਼ ਇਹ। ਅਗਲਾ ਸਵਾਲ ਦੇਖਦੇ ਕੀ ਹੈ ਮੇਰੇ ਕੋਲ, 125, ਇਹ ਸਾਰੇ ਸਵਾਲ ਮੈਂ ਇੱਕੋ ਐਕਸਰਸਾਈਜ਼ ਕਰ ਦੂੰਗਾ। ਇੱਕ ਅੱਗੇ ਮੇਰੇ ਕੋਲ ਕੀ ਆ ਗਿਆ, 125 ਦੀ ਪਾਵਰ 1/5, ਕਲੀਅਰ ਚੀਜ਼, ਇਹਦਾ ਤੁਹਾਨੂੰ ਜੇ ਪਤਾ ਹੈ, 5 × 5 = 25, 25 = 125 ਹੁੰਦਾ। ਠੀਕ ਹੈ, ਇਹ ਤੁਹਾਨੂੰ ਉਹਦੇ ਉਸ ਤਰੀਕੇ ਨਾਲ ਵੀ ਕਰਕੇ ਦੇਖ ਸਕਦੇ ਹੋ, 5 ਦੇ ਪੜਦੇ ਸਿੱਧਾ ਹੀ। ਠੀਕ ਹੈ, ਇਹਨੂੰ ਸੋਲਵ ਕਰ ਲਓ, 5 × 10 ਕਿੰਨਾ ਵੱਜ ਗਿਆ, 25, ਫਿਰ 5 'ਤੇ ਕੀਤਾ 5, ਫਿਰ 5 'ਤੇ ਕੀਤਾ 5, ਠੀਕ ਹੈ, 5 × 5 × 5, ਇਹ ਕਿਹਦੀ ਹੈਗੀ, 125 ਦੀ ਪਾਵਰ 1/5, ਤਾਂ 5 ਦੀ ਪਾਵਰ ਤੁਹਾਡੇ ਕੋਲ ਕਿੰਨੀ ਹੈਗੀ, ਇਹ ਸੋਲਵ ਕਰ ਸਕਦੇ ਹੋ। ਠੀਕ ਹੈ ਜੀ, 5 ਦੀ ਪਾਵਰ ਕਿੰਨੀ ਹੈਗੀ ਤੁਹਾਡੇ ਕੋਲ, ਇਹ
ਇਹਦੀ ਕਿੰਨੀ ਹੈ, 1/3 ਪਾਵਰ 5 ਦੀ ਪਾਵਰ 3 ਅਤੇ ਗੁਣਾ 1/3, ਇਹਨੂੰ ਕੈਂਸਲ ਕਰੇਂਗੇ ਉਹ, ਤੁਹਾਡੇ ਕੋਲ ਕਿੰਨਾ ਜਾਏਗਾ, 5 ਆਨਸਰ ਆ ਜਾਏਗਾ। ਸਵਾਲ ਨੰਬਰ ਦੂਜਾ ਦੇਖਦੇ ਹਾਂ, ਦੂਜਾ ਸਵਾਲ ਕੀ ਹੈ ਮੇਰੇ ਕੋਲ, 9 ਦੀ ਰੇਸ ਪਾਵਰ 3/2, ਇਹਦੇ ਪਾਵਰ 2 ਹੈ, ਇਹਨੂੰ ਵੀ 2 ਬਣਾਉਣੀ ਆ, ਤਾਂ 9 ਦੇ ਫੈਕਟਰ 3 'ਤੇ ਗਏ, 3 ਦਾ 9, ਤਾਂ ਮਤਲਬ ਕਿੰਨਾ ਆ ਗਿਆ, 3 ਦੀ ਸਕੇਅਰ ਇੰਟੂ 3/2। ਕਲੀਅਰ ਚੀਜ਼ ਇਹ, ਇਹ ਤੁਹਾਡੇ ਕੋਲ ਕੀ ਬਣ ਗਈ ਆ, ਮਤਲਬ 3 2/1 ਗੁਣਾ 3/2, 2 ਨਾਲ 2 ਕੈਂਸਲ, ਇਹ ਕਿੰਨਾ ਆ ਗਿਆ, 3 ਪਾਵਰ 3, 3 3 3 × 3 × 3, 3 3 9 27 ਆਂਸਰ। ਠੀਕ ਹੈ ਜੀ, ਇਹ ਦੂਜੇ ਸਵਾਲ ਦਾ ਪਹਿਲਾ ਪਾਰਟ ਹੈ। ਦੂਜੇ ਸਵਾਲ ਦਾ ਦੂਜਾ ਪਾਰਟ ਕਰਦੇ ਹਾਂ, ਇਹ ਮੇਰੇ ਕੋਲ ਕੀ ਆ, 32 ਪਾਵਰ 2/5, ਇਹਨੂੰ ਸਿੱਧੇ ਸੋਲਵ ਕਰ ਲੈਂਦੇ ਹਾਂ, 32 ਦਾ ਕੀ ਬਣ ਜਾਏਗਾ, 2 ਪਾਵਰ 5 ਗੁਣਾ 2/5, 5 ਨਾਲ 5 ਕੈਂਸਲ, 2 ਪਾਵਰ 2 2/4। ਠੀਕ ਹੈ ਜੀ, ਸਿੰਪਲ ਸਿੰਪਲ ਸਵਾਲ ਨੇ, 16 ਦੀ 3/4, ਇਹ ਕੀ ਬਣਦਾ, 4 × 4 = 16 ਹੈ ਨਾ, ਪਰ 2 × 2 = 4, 8 × 2 = 16, ਅਭਾਜ ਗੁਣਨਖੰਡ ਬਣਾਵਾਂਗੇ, 2 ਪਾਵਰ 4 ਮਲਟੀਪਲਾਈ 3/4, ਇਹਦਾ ਪਾਉਣ 1 ਬਣ ਜੂਗਾ, ਇਹਨਾਂ 4 ਕੈਂਸਲ ਹੋ ਜਾਏਗਾ, 2 ਪਾਵਰ 3 2 × 2 = 8। ਮਤਲਬ ਤੁਹਾਨੂੰ ਆਰਾਮ ਨਾਲ ਸਮਝ ਆ ਰਹੇ ਹੋਣੇ ਨੇ, 125 ਪਾਵਰ -1/3, ਇਹਨੂੰ ਫਿਰ 5 ਨਾਲ ਲੈ ਲੂੰਗਾ, 5 ਪਾਵਰ 3 -1/3, ਤਾਂ ਇਹਨੂੰ ਕੀ ਕਰਾਂਗੇ, 5 ਪਾਵਰ 3 ਗੁਣਾ -1/3/1, ਇਹ ਕੈਂਸਲ ਹੋ ਜਾਏਗਾ, ਇਹ 5 ਪਾਵਰ 1 ਆ ਜਾਏਗਾ, ਇਹ ਮੇਰੇ ਕੋਲ ਕੀ ਆ ਗਿਆ, a^-1। ਠੀਕ ਹੈ, ਤਾਂ ਇਹ ਮਤਲਬ a^-1 a^n ਆ ਨਾ, ਇਹ ਐਕਚੁਅਲੀ 'ਚ a^-n ਕਹਿੰਦੇ ਕੋਲ ਹੁੰਦਾ 1/ a^n ਦੇ, ਅਤੇ 1/a^n ਕਹਿੰਦੇ ਕੋਲ ਹੁੰਦਾ a^-n ਦੇ, ਮੇਰੇ ਕੋਲ ਆਹ ਵਾਲੀ ਫਾਰਮ ਪਈ ਆ ਇਹ, ਮਤਲਬ 5 ਪਾਵਰ -1 ਪਿਆ, ਤਾਂ ਕੀ ਹੋ ਜਾਏਗਾ, 1/5 ਪਾਵਰ 1, ਤਾਂ ਮੇਰੇ ਕੋਲ ਕੀ ਹੋਏਗਾ, 1/5 ਹੀ ਆਨਸਰ ਆ ਜਾਏਗਾ। ਕਲੀਅਰ ਜੀ, ਸਿੰਪਲ ਜਿਹਾ ਸਵਾਲ ਸੀਗਾ, ਨੈਕਸਟ ਦੇਖਦੇ ਹਾਂ, ਤੀਸਰਾ ਸਰਲ ਕਰੋ। ਠੀਕ ਹੈ ਜੀ, ਐਕਸਰਸਾਈਜ਼ 1.6 ਹੀ ਚੱਲਦੀ ਪਈ ਆ, ਇਹਦੇ 'ਚ ਮੇਰੇ ਕੋਲ ਕੀ, 2 ਪਾਵਰ 2/3 ਗੁਣਾ 2 ਪਾਵਰ 1/5। ਠੀਕ ਹੈ ਜੀ, ਬੇਸਿਸ ਆਰ ਸੇਮ, ਪਾਵਰ ਗੈਟ ਐਡਿਡ, 2 × 2 ਪਾਵਰ 3 +1/5। ਠੀਕ ਹੈ ਜੀ, ਇਹ ਹੈਗਾ a^n m.a^n a^m+n। ਠੀਕ ਹੈ, ਤਾਂ ਸ਼ਾਰਟਕੱਟ ਤੁਹਾਨੂੰ ਮੈਂ ਸਿਖਾਇਆ ਹੋਇਆ, ਪਹਿਲਾਂ ਇਹਨੂੰ ਇਹਦਾ ਮਲਟੀਪਲਾਈ, ਇਹਨੂੰ ਇਹਦੇ ਨਾਲ ਮਲਟੀਪਲਾਈ, ਇਹਨੂੰ ਦੋਨਾਂ ਆਪਸ 'ਚ ਮਲਟੀਪਲਾਈ, 2 5 × 2 = 10 +3 × 1 = 15 ਅਤੇ 2 ⅓ 13/15 ਆਨਸਰ। ਕਲੀਅਰ ਚੀਜ਼, ਨੈਕਸਟ ਸਵਾਲ, 1/3 ⅓ 7। ਠੀਕ ਹੈ ਜੀ, ਇਹਨੂੰ ਕਿੱਦਾਂ ਸੋਲਵ ਕਰ ਸਕਦੇ ਹਾਂ, ਹੁਣ ਦੋ ਇਹ ਹੋਲ ਉੱਤੇ ਪਾਵਰ ਹੈ ਨਾ, 1/a^n a^m ਹੈ, ਜੇ ਇਹਦੇ ਉੱਤੇ ਪਾਵਰ ਵੀ, ਇਹਦੇ ਉੱਤੇ ਪਾਵਰ ਵੀ, ਦੋਨੋਂ ਪਾਵਰ ਅਲੱਗ ਹੋ ਸਕਦੀ ਆ, ਮਤਲਬ 1^m ਅਤੇ a^n a^m ਹੋ ਸਕਦੀ ਹੈ। ਠੀਕ ਹੈ ਜੀ, ਇੱਦਾਂ ਚੀਜ਼ ਕਾ ਲਿਖ ਸਕਦਾ ਨਾ ਮੈਂ, 1^7 ਅਤੇ 3^3/7 ਲਿਖ ਸਕਦਾ ਨਾ ਮੈਂ, ਇੱਦਾਂ ਕਰ ਸਕਦਾ, ਤਾਂ ਮੇਰੇ ਕੋਲ ਇਹ ਕੀ ਆ ਗਿਆ, 1^7 ਅਤੇ 3^21, ਇਹ ਕੀ ਆ ਗਿਆ, 1/3^21, ਜਿਹੜੇ ਕੀ ਆ ਗਿਆ, 3^-21 ਆਨਸਰ। ਕਲੀਅਰ ਚੀਜ਼, ਅਗਲਾ ਮੇਰੇ ਕੋਲ ਕੀ ਆ, ਇਹ ਜੇ ਤੁਸੀਂ ਆਨਸਰ ਦੇਖਦੇ ਪਏ ਹੋ, ਘਾਤ ਦੇ ਵਿੱਚ ਆ ਰਿਹਾ, ਇਹਦੇ ਵਿੱਚ ਵੈਲਿਊ ਦੇ ਵਿੱਚ ਆਨਸਰ ਨਹੀਂ ਆ ਰਿਹਾ, ਬਸ ਇਹ ਚੀਜ਼ ਨੋਟ ਕਰਨੀ ਹੈ ਤੁਸੀਂ, 11^1/2 ÷ 11^1/4। ਠੀਕ ਹੈ ਜੀ, ਇਹਨੂੰ ਮੈਂ ਕੀ ਲਿਖ ਸਕਦਾ, 11^1/2 ਇਹਨਾਂ ਨਾਲ ਡਿਵਾਈਡ 'ਚ ਪਿਆ, ਇਹ ਡਿਵਾਈਡ 'ਚ ਪਿਆ ਨਾ ਇਹ, ਤਾਂ ਇਹਨੂੰ ਮੈਂ ਗੁਣਾ ਕਰਨ ਲਈ ਇਹ ਉਲਟਾ ਕਰ ਦੂੰਗਾ, ਇਹਦਾ ਗੁਣਾ ਕਰ ਦੂੰਗਾ, ਉਲਟਾ ਕਰ ਦੂੰਗਾ ਨਾ, ਤਾਂ ਇਹ ਪਿਆ ਜਿਵੇਂ 11^1/4, ਇਹ ਚੀਜ਼ ਹੈ ਨਾ, ਤਾਂ ਆਪਾਂ ਤੁਹਾਨੂੰ ਯਾਦ ਰੈਸਿਪੀ ਗੋਲ ਕਰਦੇ ਸੀਗੇ ਆਪਾਂ, ਜੇ ਤੁਹਾਡੇ ਕੋਲ 3/5 ਇੱਦਾਂ ਪਿਆ ਹੈ, 3/5 ÷ 2/4, ਅਸੀਂ ਤਾਂ ਲਿਖਦੇ ਸੀ 3/5 ਗੁਣਾ 4/2 ਕਰ ਦਿੰਦੇ ਸੀ, ਕਿਉਂਕਿ ਇਹ ਕੀ ਹੈ, 3/5 ÷ 2/4 ਸੀਗਾ, ਇਹ ਤਾਂ ਗੁਣਾ ਕਰਕੇ ਉਲਟਾ ਦਿੰਦੇ ਸੀ ਇਹਨੂੰ, ਇਹਨੂੰ ਵੀ ਅਸੀਂ ਉਲਟਾ ਸਕਦੇ ਹਾਂ, ਇਹ 11^1 ਬਣਦਾ 1/2 ਗੁਣਾ ਭਾਗ 1/11^1 ਹੈ ਨਾ, ਇੱਥੇ ਤੱਕ ਡਿਵਾਈਡ ਦੇ ਵਿੱਚ ਪਿਆ, ਇਹਦੀ ਪਾਵਰ ਕੀ ਹੋ ਜਾਏਗੀ ਫਿਰ, ਮਾਈਨਸ ਦੇ ਵਿੱਚ ਆ ਜਾਏਗੀ। ਕਲੀਅਰ ਚੀਜ਼, ਇਹ ਮੇਰੇ ਕੋਲ ਕੀ ਬਣ ਗਿਆ, ਜਾਂ ਉਹਦਾ ਫਾਰਮੂਲਾ ਯਾਦ ਰੱਖੋ, ਇਹ ਕੀ ਹੈ, a^n ਅਤੇ a^m a^n, ਇਹ ਕੀ ਬਣਦਾ, a^m - n, ਇਹ ਕੀ ਬਣ ਗਿਆ, 11^1/2 - 1/4, ਇਹਨੂੰ ਮਲਟੀਪਲਾਈ ਕਰਕੇ ਸੋਲਵ ਕਰ ਲਓ, 11^4 = 4 -2 = 2 4 × 2 = 8 4 - 2 2/8 11^ ਕਿੰਨਾ ਗਿਆ ਤੁਹਾਡੇ ਕੋਲ, 2/8 ਕੈਂਸਲ ਕਰੇਂਗੇ ਉਹ, 1/4 11^1/4 ਆਨਸਰ ਆ ਜਾਊਗਾ ਤੁਹਾਡੇ ਕੋਲ।
अगला सवाल तेरे को की है 7 raised to power 1/2 तीजा सवाल डॉट 8 1/2 बेस की ने आधार की ने वक् पावर की ने घात की ने सेम तो रूल की है बेस जो तो वक् होंगे ने तो पावर सेम होंगे ने बेस गैट आधार की हो जाते हैं गुणा एक ही तेरे को फॉर्मूला ए रेस टू पावर एम डॉट बी रेस टू पावर एम एक ही बनता ए बी रेस टू पावर एम ठीक है नू आर ए आई एस ई डी रेस टू पावर इदा बोलते हैं एम रेस टू पावर ठीक है तो एक ही बन गया ए बी कि 7 × 8 1/2 ਇਹ ਚੀਜ਼ ਇਹ ਤੁਹਾਡੇ ਕੋਲ ਕੀ ਆ ਗਿਆ 56 ਦੀ ਪਾਵਰ 1/2 ਆਂਸਰ ਤੁਸੀਂ ਚੀਜ਼ ਦੇਖੋਗੇ ਅਸੀਂ ਘਾਤ ਦੇ ਵਿੱਚ ਹੀ ਆਂਸਰ ਰੱਖੇ ਸੀ ਸਾਰੇ ਠੀਕ ਹੈ ਜੀ ਬਸ ਇੱਥੇ ਹੀ ਕੀ ਹੈ ਇਹ ਅੰਤ ਇਹ ਸਵਾਲ ਇੱਥੇ ਖਤਮ ਹੋ ਜਾਂਦੇ ਨੇ ਇਹ ਐਕਸਰਸਾਈਜ਼ ਚੈਪਟਰ ਪੂਰਾ ਇੱਥੇ ਖਤਮ ਹੋ ਜਾਂਦਾ ਸਾਰਾਂਸ਼ ਆ ਬਸ ਠੀਕ ਹੈ ਸਾਰਾਂਸ਼ ਬਹੁਤ ਇੰਪੋਰਟੈਂਟ ਹੈ ਇੱਕ ਕਦੇ ਨਹੀਂ ਛੱਡਣਾ ਹਮੇਸ਼ਾ ਪੜ੍ਹਨਾ ਹੈ ਸਾਰਾਂਸ਼ ਤਾਂ ਹਰੇਕ ਚੀਜ਼ ਦਾ ਪਤਾ ਹੀ ਹੋਣਾ ਚਾਹੀਦਾ ਇੱਕ ਸੰਖਿਆ ਨੂੰ ਪ੍ਰਿਮੇਯ ਸੰਖਿਆ ਕਿਹਾ ਜਾਂਦਾ ਜੇਕਰ ਇਸ ਨੂੰ p/q ਦੇ ਰੂਪ 'ਚ ਲਿਖਿਆ ਜਾ ਸਕਦਾ ਹੋਵੇ ਜਿੱਥੇ p ਤੇ q ਸੰਪੂਰਨ ਸੰਖਿਆ ਐਸ ਨੂੰ ਅਪਰਿਮੇਯ ਸੰਖਿਆ ਕਿਹਾ ਜਾਂਦਾ ਜਿਸ ਨੂੰ p/q ਦੇ ਰੂਪ ਵਿੱਚ ਨਾ ਲਿਖਿਆ ਜਾ ਸਕਦਾ ਹੋਵੇ ਤਾਂ ਜਿੱਥੇ p ਤੇ q ਸੰਪੂਰਨ ਸੰਖਿਆਵਾਂ ਹਨ ਅਤੇ q ਨੋਟ ਇਕੁਅਲ ਟੂ 0 ਹੈ ਇੱਕ ਪਰਿਮੇਯ ਸੰਖਿਆ ਦਾ ਦਸ਼ਮਲਵ ਵਿਸਤਾਰ ਜਾਂ ਤਾਂ ਸ਼ਾਂਤ ਹੁੰਦਾ ਹੈ ਜਾਂ ਫਿਰ ਅਸ਼ਾਂਤ ਅਵਰਤੀ ਹੁੰਦਾ ਹੈ ਤੇ ਨਾਲ ਹੀ ਉਹ ਸੰਖਿਆ ਜਿਸ ਦਾ ਦਸ਼ਮਲਵ ਵਿਸਤਾਰ ਸ਼ਾਂਤ ਜਾਂ ਅਸ਼ਾਂਤ ਅਵਰਤੀ ਹੁੰਦਾ ਹੈ ਪਰਿਮੇਯ ਹੁੰਦੀ ਹੈ ਉਹ ਸੰਖਿਆ ਜਿਸ ਦਾ ਦਸ਼ਮਲਵ ਵਿਸਤਾਰ ਅਸ਼ਾਂਤ ਅਣ ਅਵਰਤੀ ਹੈ ਉਹ ਅਪਰਿਮੇਯ ਹੁੰਦੀ ਹੈ ਇਸ ਤਰ੍ਹਾਂ ਹੀ ਉਹ ਸੰਖਿਆ ਜਿਸ ਦਾ ਦਸ਼ਮਲਵ ਜਿਸ ਜੋ ਅਪਰਿਮੇਯ ਹੁੰਦੇ ਆ ਉਹਦਾ ਦਸ਼ਮਲਵ ਵਿਸਤਾਰ ਅਣ ਅਸ਼ਾਂਤ ਅਵਰਤੀ ਹੁੰਦਾ ਹੈ ਸਾਰੀਆਂ ਪਰਿਮੇਯ ਅਤੇ ਅਪਰਿਮੇਯ ਸੰਖਿਆ ਨੂੰ ਇਕੱਠਾ ਲੈਣ ਤੇ ਵਾਸਤਵਿਕ ਸੰਖਿਆਵਾਂ ਦਾ ਸੰਗ੍ਰਹਿ ਪ੍ਰਾਪਤ ਹੁੰਦਾ ਹੈ ਸੰਖਿਆ ਰੇਖਾ ਤੇ ਹਰੇਕ ਬਿੰਦੂ ਇਹ ਮੈਂ ਤੁਹਾਨੂੰ ਕਿਹਾ ਸੀ ਬਹੁਤ ਇੰਪੋਰਟੈਂਟ ਚੀਜ਼ ਹੈ ਸੰਖਿਆ ਰੇਖਾ ਤੇ ਹਰੇਕ ਬਿੰਦੂ ਦੇ ਸੰਗਤ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ ਠੀਕ ਹੈ ਉਹਦੇ ਰਿਲੇਟਡ ਬਿੰਦੂ ਕੀ ਦਰਸਾਉਂਦਾ ਹੈ ਬਿੰਦੂ ਤੇ ਕੀ ਹੁੰਦੀ ਹੈ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ ਤੇ ਨਾਲ ਹੀ ਹਰੇਕ ਵਾਸਤਵਿਕ ਸੰਖਿਆ ਦੇ ਸੰਗਤ ਰੇਖਾ ਤੇ ਇੱਕ ਬਿੰਦੂ ਹੁੰਦਾ ਸੰਗਤ ਮਤਲਬ ਨਾਲ ਨਹੀਂ ਉਸੇ ਜਗ੍ਹਾ ਤੇ ਜੇ ਬਿੰਦੂ ਆ ਇਹ 2 ਹੈ ਇਹ ਬਿੰਦੂ ਦਾ 2 ਹੈ ਤੇ 2 ਹੈ 2 ਦਾ ਇੱਕ ਕੋਈ ਸੰਖਿਆ ਰੇਖਾ ਤੇ ਬਿੰਦੂ ਵੀ ਹੋਵੇਗਾ ਜੇਕਰ r ਪਰਿਮੇਯ ਹੈ ਤੇ s ਅਪਰਿਮੇਯ ਹੈ ਤਦ r + s ਤੇ r - s ਅਪਰਿਮੇਯ ਸੰਖਿਆਵਾਂ ਹੁੰਦੀਆਂ ਨੇ ਤੇ r / s ਤੇ r / s ਵੀ ਅਪਰਿਮੇਯ ਸੰਖਿਆਵਾਂ ਹੁੰਦੀਆਂ ਨੇ ਮਤਲਬ ਪਰਿਮੇਯ ਤੇ ਅਪਰਿਮੇਯ ਦਾ ਜੋੜ ਘਟਾਓ ਗੁਣਾ ਤੇ ਤਕਸੀਮ ਹਮੇਸ਼ਾ ਕੀ ਦੇਗਾ ਅਪਰਿਮੇਯ ਧਨਾਤਮਕ ਵਾਸਤਵਿਕ ਸੰਖਿਆਵਾਂ a ਅਤੇ a ਦੇ ਸੰਬੰਧ ਵਿੱਚ ਹੇਠ ਲਿਖੀਆਂ ਸਰਵਸੰਮਤਾਵਾਂ ਲਾਗੂ ਹੁੰਦੀਆਂ ਨੇ ਆਇਡੈਂਟੀਟੀਜ਼ ਇਹ ਤੁਸੀਂ ਸਾਰੀਆਂ ਯਾਦ ਕਰ ਲੈਣੇ ਬਹੁਤ ਇੰਪੋਰਟੈਂਟ ਨੇ ਠੀਕ ਹੈ √1/√ab ਦੇ ਪ੍ਰਿਮੇਯ ਹਰ ਦਾ ਪ੍ਰਿਮੇਯ ਪ੍ਰਿਮੇਯ ਕਰਨ ਹਮੇਸ਼ਾ ਹਰ ਦਾ ਹੋਣਾ ਕਰਨ ਦੇ ਲਈ ਅਸੀਂ ਇਸ ਨੂੰ √a - b √a + b ਨਾਲ ਗੁਣਾ ਕਰਦੇ ਹਾਂ ਜਿੱਥੇ a ਤੇ b ਕਿਨੇ ਸੰਪੂਰਨ ਸੰਖਿਆਵਾਂ ਨੇ ਮਤਲਬ ਜੋ ਵੀ ਚੀਜ਼ ਹੋਏਗੀ ਇੱਥੇ ਬਸ ਸਾਈਨ ਬਦਲਣਾ ਹੈ ਯਾਦ ਰੱਖ ਲਓ ਜੇ ਥੱਲੇ ਪਲੱਸ ਸਾਈਨ ਪਿਆ ਸੀ ਉੱਪਰ ਮਾਈਨਸ ਸਾਈਨ ਹੋਣਾ ਜੋ ਮਰਜ਼ੀ ਹੋਵੇ ਜਦੋਂ ਪ੍ਰਿਮੇਯ ਕਰਨ ਕਰਨਾ ਹਰ ਦਾ ਤੁਸੀਂ ਸਾਈਨ ਹਮੇਸ਼ਾ ਚੇਂਜ ਕਰਨਾ ਹੈ ਯਾਦ ਰੱਖਣਾ ਹੈ ਠੀਕ ਹੈ ਮੰਨ ਲਓ a > 0 ਹੈ ਤੇ ਵਾਸਤਵਿਕ ਸੰਖਿਆ p ਤੇ q ਪ੍ਰਿਮੇਯ ਸੰਖਿਆਵਾਂ ਤਾਂ ਇਹ ਫਾਰਮੂਲੇ ਤੁਸੀਂ ਜਿਹੜੇ ਆ ਯਾਦ ਕਰ ਲੈਣੇ ਆ ਸਾਰੇ ਠੀਕ ਹੈ ਜੀ ਅੱਗੇ ਤੁਹਾਡੇ ਕੋਲ ਕੀ ਅਧਿਆਇ 2 ਇਹ ਆਪਾਂ ਨੈਕਸਟ ਵੀਡੀਓ ਲੈਕਚਰ 'ਚ ਦੇਖਦੇ ਹਾਂ ਬਹੁਪਦ ਠੀਕ ਹੈ ਪੋਲੀਨੋਮੀਅਲ ਇਹ ਵੀਡੀਓ ਲੈਕਚਰ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਇੱਥੇ ਕੀ ਹੁੰਦਾ ਹੈ ਚੈਪਟਰ ਖਤਮ ਹੋ ਜਾਂਦਾ ਹੈ ਜੇ ਤੁਹਾਨੂੰ ਵੀਡੀਓ ਲਾਈਕ ਪਸੰਦ ਆਏ ਤੁਸੀਂ ਲਾਈਕ ਕਰ ਸਕਦੇ ਹੋ ਨਹੀਂ ਪਸੰਦ ਡਿਸਲਾਈਕ ਕਰਦੇ ਹੋ ਕੋਈ ਕੁਐਸਚਨ ਹੈ ਕੁਐਸਚਨ ਮੈਨੂੰ ਪੁੱਟ ਕਰ ਸਕਦੇ ਹੋ ਠੀਕ ਹੈ ਜੀ ਇਹ ਵੀਡੀਓ ਲੈਕਚਰ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ